फिर ख्वाहिश आपको पता स्टार्ट का जो ड्रामा था मेरा जो टीनएज से मैंने किया था बेटी है तो बेटी उठ के में बहुँ बहुँ डांस किएँ करेगी एक बहु बहू उठ के डांस किए करेगी वो कहें तोर कोई है मैंने उन्होंने गल बड़ी एडमायर की थी। मैं क्या सुल साहब बहुत अच्छी गल की यह गलू मैं पसंद करनी हाँ शतान है ना अंदर बंदा कहें नहीं कुछ नव होना चाहिए कुछ नवा होना चाहिए इस तरह बोर हो रहे हैं रखमानी रा रब्बी इन्नी लीमा अंजलता लिया मिन मिन खायर फकीर रब्बी इन्नी ली मा अंजलता मिन दिन फ़कीर यानी अल्लाह मैं फ़कीर हूँ ना मेरे पास <नूरीगासाथ> कोई रहने की जगह है ना कोई सोने की जगह कुछ मैं क्या करूँ तो अगर मोहम्मद मुस्तफ़ा वसल्लम अपनी प्यारी बेटी बीबी फातमा सलाम अल्लाह के सदके करके स चीज़ों का उनको पता चलता है कि उन्होंने जिंदगी कितनी सादगी गुजारी लोगों के काम आए सब कुछ किया अपनी उम्मत के काम आए اگر ہر انسان ਦੇ ਚ تھوڑا ਕੇ جذبہ ਆ ਜਵੇ ਨਾ ਕਿਸੇ ਵਸ ਕੁਛ ਕਰਨ ਦਾ ਤੇ ਸਾਡੀ ਸਾਡੇ ਜਿੰਨਾ ਵਿੱਚ پاکستان ہے نا ایک بھوکے ਨਹੀਂ ਮਰ ਸਕਦਾ باپو صاحب ایک کار ਦੇ ਵਿੱਚ ਨਾ سارے بہن برانا مل کے ਕੰਮ ਕਰਨ ਨਾ ਤੇ ਉਸ کار ਦੀ ਰਜ਼ਕ ਅੱਲਾਹ ਤਾਲਾ ਬਹੁਤ ਦਿੰਦਾ ਹੈ ਉਹਦੇ ਵਿੱਚ ਬਰਕਤ ਬਹੁਤ ਬਰਕਤ ਬਹੁਤ ਹੁੰਦੀ ਹੈ ਤੇ ਅਸੀਂ ਜਦੋਂ ਸਾਰੇ ਮਿਲ ਕੇ پاکستان ਪੂਰਾ ਮਿਲ ਕੇ ਇੱਕ ਮੁਠੀ ਬਣ ਕੇ ਆਪਣੇ ਮੁਲਕ ਵਾਸਤੇ ਸੋਚेंगे ਆਪਣੇ ਭੈਣ ਭਰਾਵਾਂ ਵਾਸਤੇ ਸੋਚेंगे ਸਾਨੂੰ ਦੁਸ਼ਮਨ ਮੁਲਕ ਜਣਾ ਨਾ ਕਦੀ ਲਲਕਾਰੇਗਾ ਨਹੀਂ ਆਤਮ ਅੱਛੀ ਬਣਾਈ ਹੈ ਜ਼ਫਰੀ ਨੇ ਬਹੁਤ ਅੱਛਾ ਕੰਮ ਕੀਤਾ ਨੇ ਔਰ ਡਾਇਰੈਕਸ਼ਨ ਵੀ ਉਹ ਦਿੱਤੀ ਹੈ ਅਜ਼ਰ ਸਾਹਿਬ ਨੇ ਵੀ ਦਿੱਤੀ ਡਾਇਰੈਕਸ਼ਨ ਜੇ ਤੁਹਾਨੂੰ ਸਾਡਾ ਚੈਨਲ ਤੇ ਸਾਡੀ ਵੀਡੀਓ ਪਸੰਦ ਆਈਏ ਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਤੁਹਾਨੂੰ ਬਰਵਕਤ ਮਿਲਦੀਆਂ ਰਹਿਣ ਬਿਸਮਿਲ੍ਲਾ ਰਹਿਮਨ ਰਹਿੀਮ ਨਾਜ਼ਰੀਨ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਤੁਹਾਡਾ ਹੋਸਟ ਬਾਬਰ ਬੇਗਰ ਤੁਸੀਂ ਵੇਖ ਰਹੇ ਹੋ ਆਪਣਾ ਐਬੀਐਸਟੀਵੀ ਨਾਜ਼ਰੀਨ ਕੁਝ ਯਾਦਾਂ ਕੁਝ ਬਾਤਾਂ ਲੇਕਿਨ ਇੰਨੀ ਵੀ ਪੁਰਾਣੀ ਗੱਲ ਨਹੀਂ ਸਾਡੇ ਨਾਲ ਨੇ ਜੀ ਮੈਡਮ ਹਿਨਾ ਸ਼ੇਨ ਹਿਨਾ ਸ਼ੇਨ ਸਟੇਜ ਤੋਂ ਕਿਉਂ ਗਾਇਬ ਹੋ ਗਈਆਂ ਵਾਪਸੀ ਕਿਸ ਤਰ੍ਹਾਂ ਹੋਈ ਕਿਸ ਤਰ੍ਹਾਂ ਸਰਬੰਦ ਬਣਿਆ ਅਸੀਂ ਸਾਰੇ ਵਿਚਾਰ ਜਾਣਾਂਗੇ ਅੱਜ ਦੀ ਇਸ ਗੱਲਬਾਤ 'ਚ ਅੱਜ ਤੁਹਾਡੇ ਲਈ ਸਪੈਸ਼ਲ ਮਹਿਮਾਨ ਨੇ ਮੈਡਮ ਹਿਨਾ ਸ਼ੇਨ ਤੇ ਆਓ ਗੱਲ ਕਰਨੇ ਆ ਮੈਡਮ ਹਿਨਾ ਸ਼ੇਨ ਨਾਲ ਇੰਟਰੋ ਮੈਂ ਲੰਬਾ ਨਹੀਂ ਕਰਨਾ ਚਾਹ ਰਿਹਾ ਤਾਂ ਕਿ ਬਾਕੀ ਗੱਲੋ ਸਾਰੀ ਆਪ ਦੱਸਣਗੇ ਅਸਲਾਮੁਅਲੈਕਮ ਜੀ ਵਾਲੇਕੁਮ ਸਲਾਮ ਪਹਿਲੇ ਤਾਂ ਤੁਹਾਨੂੰ ਅਸੀਂ ਵੈਲਕਮ ਕਰਨੇ ਆ ਜੀ ਤੁਸੀਂ ਵਾਪਸ ਆ ਗਏ ਥੈਂਕ ਯੂ ਥੈਂਕ ਯੂ ਅੱਛਾ ਤੇ ਚਲੇ ਕਿਤੇ ਕੀ ਸੋ ਆ شادی ਹੋ ਗਈ ਸੀ ਹਸਬੰਡ ਨੇ ਕਿਹਾ ਕਿ ਭਈ ਇਹ ਕੰਮ ਨਹੀਂ ਕਰਨਾ ਹੁਣ ਉਹਨਾਂ ਦੀ ਪਰਮਿਸ਼ਨ ਨਾਲ ਕੰਮ ਕਰ ਰਹੀ ਆ ਪਹਿਲੇ ਕਹਿੰਦੇ ਸੀ ਨਹੀਂ ਕਰਨਾ ਹੁਣ ਕਹਿੰਦੇ ਚਲੋ ਠੀਕ ਆ ਤੂੰ ਬੋਰ ਹੋ ਜਾਨੀਏ ਚਲ ਕਰ ਲੈ ਪਰਮਿਸ਼ਨ ਮਿਲ ਗਈ ਹੈ ਜੀ ਪਰਮਿਸ਼ਨ ਮਿਲ ਗਈ ਹੈ ਲੇਕਿਨ ਅਚਾਨਕ ਹੀ ਤੁਸੀਂ ਮੰਜ਼ਰ ਤੋਂ ਆਊਟ ਹੋ ਗਏ ਅਚਾਨਕ ਹੀ ਗਾਇਬ ਹੋ ਗਏ ਤਾਂ ਜ਼ਾਹਿਰ ਹੈ ਤੁਹਾਨੂੰ ਪਤਾ ਇੱਕ ਔਰਤ ਬਸ ਜਿਹੜੀ ਆ ਦੂਸਰੀ ਸ਼ਾਦੀशुदा ਲਾਈਫ ਹੁੰਦੀ ਇੱਕ ਇੱਕ ਹਟਕੀ ਜ਼ਿੰਦਗੀ ਹੈ ਅਗਰ ਤੁਸੀਂ ਉਹਦੇ ਨਾਲ ਨਹੀਂ ਹੋ ਸਨਸੀਅਰ ਤਾਂ ਫਿਰ ਤੁਸੀਂ ਕਿਸੇ ਦਿਨ ਸਨਸੀਅਰ ਨਹੀਂ ਹੋ ਸਨਸੀਅਰ ਹੋਣਾ ਜ਼ਰੂਰੀ ਹੁੰਦਾ ਹੈ ਕਿ ਪਹਿਲੇ ਤੂੰ ਸਨਸੀਅਰ ਹੋ ਜਾਓ ਕਿ ਵਾਕਈ ਮੈਂ ਤੇਰੇ ਨਾਲ ਨਾ ਤੂੰ ਮੇਰੇ ਨਾਲ ਠੀਕ ਹੈ ਤਾਂ ਮੈਂ ਬਿਲਕੁਲ ਕਟਫ ਹੋ ਕੇ ਨਾ ਇੱਕ ਸਾਈਡ ਤੇ ਹੋ ਤੇ ਜਦੋਂ ਮੈਂ ਪਾਕਿਸਤਾਨ ਆਨੀ ਸਾ ਤਾਂ ਮੇਰਾ ਦਿਲ ਕਰਦਾ ਸੀ ਕੰਮ ਕਰਨ ਤੇ ਹੁਣ ਮੈਂ ਆਈ ਹਾਂ ਲੰਬੇ ਰਸੇ ਬਸੇ ਤਾਂ ਮੇਰਾ ਦਿਲ ਕਰਦਾ ਮੈਂ ਕੰਮ ਕਰਾਂ ਅੱਛਾ ਜੀ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ पहले तो फिल्म भी करते रहे टी वी भी करते रहे टी वी ते भी बड़े खूबसूरत सीरियल हाँ और, और फिर फिल्मा भी कीतिया जी और सब तो ज़्यादा कासम लॉर्सम थलेबिया पहाड़ों की बर्फ और कासमी कहानियाँ काफ़ी मैंने उसमें सारे जितने ड्रामे थे ना अवार्ड तो लिए मैंने अयूब खबर साहब के ड्रामे से फिर ख्वाहिश आपको पता स्टार्ट का जो ड्रामा था मेरा जो टीन एज से मैंने किया था लोगों को शायद याद हो तो بس ਸਾਡੀ ਪੰਜਾਬੀ ਚ ਗੱਲ ਹੋ ਰਹੀ ਹੈ ਸੋ ਸੌਰੀ ਮੈਂ ਉਰਦੂ ਚ ਗੱਲ ਰਹੀ ਮਗਰ ਐ ਕਿ ਖਾਸ਼ੀ ਚ ਜੁੜਾ ਜਦੋਂ ਅ ਸ਼ੁਰੂ ਕੀਤਾ ਹੈ ਮੈਂ ਤੇ ਮੈਨੂੰ ਉਦੋਂ ਤੇ ਨਾ ਪਤਾ ਨਹੀਂ ਸੀ ਹੁੰਦਾ ਫਿਰ ਬਾਅਦ 5 ਸਾਲ ਬਾਅਦ ਇਨਸਾਨ ਨੂੰ ਪਤਾ ਚੱਲਦਾ ਹੈ ਕਿ ਮੈਂ ਬਹੁਤ ਇਨ ਹੋ ਗਿਆ ਮੈਂ ਸ਼ਾਇਦ ਮੇਰੇ ਚ ਕੋਈ ਹੈ ਵੀ ਚੀਜ਼ ਮਗਰ ਮੈਂ ਅੱਜ ਤੱਕ ਵੀ ਆਪਣੇ ਆਪ ਨੂੰ ਸਮਝ ਨਹੀਂਿਆ ਮੈਂ ਅਨਕੰਪਲੀਟ ਹਰ ਡਰਾਮਾ ਹਰ ਚੀਜ਼ ਉਹਨਾਂ ਮੈਂ ਸਮਝ ਨਹੀਂਿਆ ਕਿ ਅੱਜ ਮੇਰੇ ਵੱਸੇ ਨਾ ठीक है, टीवी। टीवी है।, है। अच्छा, है अच्छा जी। जी। तो मैडम हुन ਤੁਸੀਂ ਕੰਮ ਜਿਹੜਾ ਹੈ ਉਹ ਫਿਰ ਤਿੰਨਾ ਸ਼ੋਬਿਆਂ ਚ ਕਰੋਗੇ ਜਾਂ ਸਟੇਜ ਹੀ ਕਰੋਗੇ ਨਹੀਂ ਟੀਵੀ ਟੀਵੀ ਕਰੋਗੇ ਟੀਵੀ ਜ਼ਿਆਦਾ ਕਰਾਂਗੀ ਔਰ ਸਟੇਜ ਜ਼ਾਹਿਰ ਹੈ ਮੈਂ ਬਾਅਦ ਸ਼ੋਅ ਲੈ ਕੇ ਜਾਣੇ ਸਟੇਜ ਵਾਸਤੇ ਤਾਂ ਮੈਨੂੰ ਖੁਦ ਇਨ ਹੋਣਾ ਪਾਏਗਾ ਕਿਹੜਾ ਆਰਟਿਸਟ ਅੱਛਾ ਹੈ ਜਿਹਨੂੰ ਮੈਂ ਨਾਲ ਲੈ ਕੇ ਜਾਵਾਂ ਅੱਛਾ ਜੀ ਤਕਰੀਬਨ ਕਿੰਨੀ ਦੇਰ ਬਾਅਦ ਵਾਪਸੀ ਹੋਈ ਹੈ ਤੁਹਾਡੀ ਤਕਰੀਬਨ 9 ਸਾਲ ਬਾਅਦ ਤਕਰੀਬਨ 9 ਸਾਲ ਬਾਅਦ ਜੀ ਹਾਂ 2012 ਦੀ ਸ਼ਾਦੀ ਤੋਂ 9 ਸਾਲ अच्छा 9 साल पहले ड्रामा ਨੂੰ ਜਿੱਥੇ ਛੱਡ ਕੇ ਗਏ ਸੋ ਵਾਪਸ ਆਏ ਉਹ ਉਦੋਂ ਕਿੰਨਾ ਕੁ ਫਰਕ ਮਹਿਸੂਸ ਕਰਦੇ ਹੋ ਡਰਾਮਾ ਕਾਫੀ ਖਰਾਬ ਹੋ ਗਿਆ ਉਦੋਂ ਵੀ ਗਾਣੇ ਸੀ ਉਦੋਂ ਵੀ ਸਭ ਕੁਝ ਸੀ ਹੁਣ ਵੀ ਸਭ ਕੁਝ ਹੈ ਮਗਰ ਹੁਣ ਥੋੜਾ ਜਿਆਦਾ ਖਰਾਬ ਹੋ ਗਿਆ ਥੋੜਾ ਜਿਹਾ ਜ਼ਿਆਦਾ ਖਰਾਬ ਤੇ ਕੀ ਆਏ ਹੋ ਅੱਜ ਤੁਸੀਂ ਰੈਸਲ ਵੀ ਕੀਤੀ ਹੋਏਗੀ ਡਰਾਮੇ ਦਾ ਹੀ ਤੁਹਾਡਾ ਤੀਸਰਾ ਚੌਥਾ ਸ਼ੋਅ ਹੈ ਕੀ ਸਰਵਾਈਵਲ ਦੇਖ ਰਹੇ ਹੋ ਡਰਾਮੇ ਦਾ नहीं माशाल्लाह ड्रामा थीम अच्छी बनाई है जफरी ने बहुत अच्छा काम किया उन्हें और डायरेक्शन भी उन्होंने दी है अजहर साहब ने भी दी डायरैक्शन और सक्रिप्ट है और सैट ने जफरी ने लुभाया सारी कॉन्ट्रीब्यूशन उन्होंने की बहुत अच्छी तरह अगर सारे जैसे सुहेल अहमद ड्रामा करते हैं मैं सुहेल अहमद साहब जो ड्रामा करनी स मैनू इंजी लगता किसी वाकई फैमिली के ड्रामा कर रहे साहब का सुेल अहमद साहब का यानी कि ड्रामा नई खानम यानी कि ਉਹਨਾਂ ਦੇ ਥੋੜੇ ਹੁੰਦੇ ਸੀ ਕਿ ਭਈ ਡਾਂਸ-ਡੂਸ ਪਾ ਦਵੋ ਉਹਨਾਂ ਦੇ ਡਾਂਮੇ ਚ ਮਗਰ ਸੁਹੇਲ ਸਾਹਿਬ ਡਾਂਸ ਨੂੰ ਕਤਈ ਪਸੰਦ ਨਹੀਂ ਸੀ ਕਰਦੇ ਕਿ ਇੱਕ ਡਰਾਮਾ ਹੈ ਇੱਕ ਬੇਟੀ ਹੈ ਤਾਂ ਬੇਟੀ ਉੱਥੇ ਡਾਂਸ ਕਿਵੇਂ ਕਰੇਗੀ ਇੱਕ ਬਹੂ ਹੈ ਬਹੂ ਉੱਥੇ ਡਾਂਸ ਕਿਵੇਂ ਕਰੇਗੀ ਉਹ ਕਹਿੰਦਾ ਤੁਹਾਡੇ ਘਰਾਂ ਵਿੱਚ ਕੋਈ ਕਰਦਾ ਮੈਨੂੰ ਉਹਨਾਂ ਦੀ ਗੱਲ ਬੜੀ ਐਡਮਾਇਰ ਕੀਤੀ ਮੈਂ ਕਿਹਾ ਸੁਹੇਲ ਸਾਹਿਬ ਬਹੁਤ ਅਜੀ ਗੱਲ ਕੀਤੀ ਐਹੀ ਗੱਲ ਨੂੰ ਮੈਂ ਪਸੰਦ ਕਰਨੀ ਆ ਤੇ ਜਦੋਂ ਉਹਨਾਂ ਲੜਕੀਆਂ ਨੇ ਡਾਂਸ ਕਰਨਾ ਸ਼ੁਰੂ ਕੀਤਾ ਮੈਂ ਮੈਨੂੰ ਆਈ ਸਵੈਰ ਮੈਨੂੰ ਸ਼ਰਮ ਆਉਂਦੀ ਸੀ ਕਿ ਮੈਂ ਸਟੇਜ ਤੇ ਹਿੱਲਾ ਡਾਂਸ ਕਰ ਤਾਂ ਮੈਨੂੰ ਸਹੀ ਸਾਬ ਕਹਿੰਦਾ ਜੀ ਉਹ ਤੇ ਡਾਂਸ ਕਰਦੀਆਂ ਨੇ ਉਹਨਾਂ ਦਾ ਮੁਆਵਜ਼ਾ ਇਸ ਵਸੇ ਜ਼ਿਆਦਾ ਹੈ ਮੈਂ ਕਿਹਾ ਚਲੋ ਡਾਂਸ ਹੈ ਤਾਂ ਫਿਰ ਐਫਰ ਡਾਂਸ ਸਿੱਖ ਲਓ ਮੇਰਾ ਕਲਾਸਿਕਲ ਸਿੱਖਿਆ ਕਿਉਂਕਿ ਮੈਨੂੰ ਕਲਾਸਿਕਲ ਪਸੰਦ ਹੈ ਕਿਉਂਕਿ ਮੈਂ ਉਹਦੇ ਚ ਤੁਹਾਡਾ ਅੰਗ ਭਾਵ ਬੰਦਾ ਹੈ ਠੀਕ ਹੈ ਤੁਸੀਂ ਬਾਕੀ ਕਲਚਰ ਜਿਹੜਾ ਨਾ ਗੰਦਾ ਕਲਚਰ ਉਹਨੂੰ ਅਪਣਾਓਗੇ ਤੁਸੀਂ ਮੇਰੇ ਗਾਣੇ ਜਿੰਨੇ ਵੀ ਕੱਢ ਕੇ ਵੇਖ ਲਓ ਜੇ ਤੁਹਾਨੂੰ ਪਰਫਾਰਮੈਂਸ ਨਜ਼ਰ ਨਾ ਆਵੇ ਤਾਂ ਫਿਰ ਤੁਸੀਂ ਮੈਨੂੰ ਕਹੋ ਜੀ ਜੀ ਬਿਲਕੁਲ ਇਸ ਤਰ੍ਹਾਂ ਹੀ ਹੈ ਕਿਉਂਕਿ ਕੋਈ ਗੰਦਾਪਣ ਮੈਨੂੰ ਮੇਰੇ ਮੈਨੂੰ ਦਿਲ ਮੈਨੂੰ ਖੁਦ ਨਹੀਂ ਅੰਦਰੋਂ ਪਸੰਦ ਤੇ ਮੈਂ ਕਿਸੇ ਨਾਲ ਕਰਾਂਗੀ ਅੱਛਾ ਜੀ ਤੁਸੀਂ ਬੜਾ ਅਰੂਝ ਦੇਖਿਆ ਬੜੀਆਂ ਕੰਟਰੀਆਂ ਵਿੱਚ ਤੁਸੀਂ ਡਰਾਮਾ ਕਰਨ ਵਾਸਤੇ ਗਏ ਜੀ ਜੀ ਟੀਵੀ ਸੀਰੀਅਲਸ ਕੀਤੇ ਬੜੇ ਮਾਰਕੇ ਸਰ ਕੀਤੇ ਜੀ ਜੀ ਤੇ ਆਪਣੀ ਜ਼ਿੰਦਗੀ ਦੇ ਤਜਰਬੇ ਦੀ ਰੋਸ਼ਨੀ ਚ ਕੀ ਹਾਸਲ ਕੀਤਾ ਕਿ ਜ਼ਿੰਦਗੀ ਘਰ ਦੀ ਅੱਛੀ ਏ ਸ਼ੋਬਸ ਦੀ ਅੱਛੀ ਏ ਕਿਹੜੀ ਲਾਈਫ ਅੱਛੀ ਏ ਦੇਖੋ ਇੱਕ ਇਨਸਾਨ ਹੈ ਨਾ ਉਹ ਸਕੂਨ ਵਿੱਚ ਵੀ ਨਹੀਂ ਜੇ ਰਾਮ ਨਾਲ ਬੰਦਾ ਤੇ ਬਸ ਸਕੂਨ ਵਿੱਚ ਵੀ ਨਹੀਂ ਰਹਉਣਾ ਪੈਂਦਾ। ਇਹ ਸ਼ੈਤਾਨ ਹੈ ਨਾ ਅੰਦਰ ਬੰਦਾ ਕਹਿੰਦਾ ਨਹੀਂ ਕੁਝ ਨਵਾਂ ਹੋਣਾ ਚਾਹੀਦਾ ਕੁਝ ਨਵਾਂ ਹੋਣਾ ਚਾਹੀਦਾ ਐਸਾ ਬੋਰ ਹੋ ਰਿਹਾ ਔਰ ਮੈਂ ਨਹੀਂ ਹਰ ਇਨਸਾਨ ਦੀ ਤੁਸੀਂ ਬਿਹਤਰ ਜਾਣਦੇ ਹੋ ਹਰ ਇਨਸਾਨ ਦੱਸਾਂ ਕਿ ਉਹ ਚਾਹੁੰਦਾ ਹੈ ਕਿ ਅੱਛਾ ਇਹ ਤੇ ਹੋ ਗਿਆ ਹੁਣ ਮੈਂ ਹੋਰ ਕੀ ਕਰਾਂ ਐਵੇਂ ਹੀ ਆਪਣੇ ਘਰ 'ਚ ਅੱਛਾ ਬਿਸਤਰ ਹੋਏਗਾ ਅੱਛਾ ਸਾਰਾ ਕੁਝ ਹੋਏਗਾ ਕਮਰਾ ਆਕਾਰ ਸਭ ਕੁਝ ਨੌਕਰ ਚਾਹੇ ਫਿਰ ਵੀ ਕਹੇਗਾ ਨਹੀਂ ਮੈਂ ਕੁਝ ਹੋਰ ਕਰਾਂਗਾ ਇਹ ਤੁਹਾਡੇ ਅੰਦਰ ਦਾ ਜਿਹੜਾ ਸ਼ੈਤਾਨ ਹੈ ਨਾ ਤੁਹਾਨੂੰ ਕਹਿੰਦਾ ਹੈ ਕਿ ਮੈਂ ਮੈਂ ਬੜੀ ਬੋਰ ਹੋ ਗਈ ਸਮ ਮੈਂ ਲਾਈਫ ਵਿੱਚ ਕਾਫੀ ਬੋਰ ਹੋ ਗਈ ਸਮ ਕਿ ਕੋਈ ਨਵਾਂ ਕੁਝ ਕਰਨਾ ਚਾਹੀਦਾ ਫਿਰ ਮੈਂ ਐਨਜੀਓ ਦਾ ਕੰਮ ਲੜਕੀਆਂ ਦੀਆਂ ਸ਼ਾਦੀਆਂ ਕਰਵਾਨੀਆਂ ਸਾਰੀਆਂ ਆਪਣੀਆਂ ਮਿਲੀਆਂ ਦੋਸਤਾਂ ਮੇਰੇ ਨਾਲ ਮਿਲ ਕੇ ਕੰਮ ਕਰਦੀਆਂ ਨੇ ਕਾਫੀ ਲੋਕ ਜਹੇਜ਼ਾ ਸਮਾਨ ਇਕੱਠਾ ਕਰੀਦਾ ਫਿਰ ਉਹਨਾਂ ਦੀ ਸ਼ਾਦੀ ਕਰਵਾਈ ਦੀਏ ਫਿਰ ਫਰਨੀਚਰ ਵਾਲੇ ਤਿੰਨ ਚਾਰ ਲੋਕਾਂ ਨੂੰ ਮੈਂ ਆਪਣੇ ਨਾਲ ਲਾਇਆ ਕਿ ਉਹ ਇਹ ਕੰਮ ਕਰ ਤੁਸੀਂ ਵੀ ਕਰਦੇ ਹੋ ਕੰਮ ਮੈਨੂੰ ਬਹੁਤ ਅੱਛਾ ਲੱਗਾ ਤੇ ਮੈਂ ਵੀ ਅਬ 10-12 ਸਾਲ ਤੋਂ ਕੰਮ ਕਰਨੀ ਪਈਆਂ ਜ਼ਰੂਰਤ ਹੁੰਦੀ ਕਿਸੇ ਨੂੰ ਤੇ ਉਹ ਮੈਨੂੰ ਮੇਰੇ ਘਰ ਆਂਦੇ ਨੇ ਮਗਰ ਮੈਂ ਲੋਕਾਂ ਨੂੰ ਦੇ ਦੇ ਕਿ ਜਦੋਂ ਤੋਂ ਕਰੋਨਾ ਵਗੈਰਾ ਆਇਆ ਹੈ ਲੋਕਾਂ ਦੇ ਹਾਲਾਤ ਦੇਖ ਕੇ ਮੇਰਾ ਦਿਲ ਬਹੁਤ ਭਰ ਗਿਆ ਐਨੇ ਲੋਕ ਮਜਬੂਰ ਸਫੇਦ ਪੋਸ਼ ਲੋਕ ਤੇ ਬਹੁਤ ਹੀ ਮਜਬੂਰ ਹੋ ਗਏ ਨਾ ਨਾ ਅਮੀਰ ਤੇ ਨਾ ਗਰੀਬ ਜਿਹੜੇ ਸਫੇਦ ਪੋਸ਼ ਲੋਕ ਸੀ ਨਾ ਜਿਹੜੇ ਆਪਣੇ ਭਰਮ ਲੈ ਕੇ ਬੈਠੇ ਸੀ ਉਨਾਂ ਦੀਆਂ ਪਗੜੀਆਂ ਉੱਚ ਲਗੀਆਂ ਨੇ ਇਹ ਲਾਕਡਾਊਨ ਇੱਥੇ ਤੇ ਹੈ ਕਰੋਨਾ 'ਚ ਅੰਦਰ ਕੀ ਬਾਹਰ ਕੀ ਸਭ ਲੋਕ ਬਹੁਤ ਮਜਬੂਰ ਨੇ ਤੇ ਕੁਝ ਲੋਕਾਂ ਤੋਂ ਮੈਂ ਹਟ ਦੇਣ ਵਸੇ ਕੁਝ ਲੋਕਾਂ ਦੇ ਬਣਾਉਣ ਵਸੇ ਕੁਝ ਕੋ ਜ਼ਮੀਨ ਖਰੀਦੀ ਹੈ ਉੱਥੇ ਇੱਕ ਪਲੇਟਫਾਰਮ ਬਣਾਣਾ ਹੈ ਉਤੇ ਉਹਨਾਂ ਵਸੇ ਇੱਕ ਕਾਰ ਬਣਾਣਾ ਜਦੀਨ ਬੱਚੀਆਂ ਬੱਚੇ ਔਰ ਉਹਨਾਂ ਵਸੇ ਇੱਕ ਰਫਾਇਆਮਾ ਜੋ ਸਕੂਲੀ ਚੋਂ ਦਾ ਪੁਰਾਣਾ ਜਿੱਦੇ ਸਲਾਈ ਸਿਖਾਈ ਜਾਂਦੀ ਸੀ ਕੋਈ ਚੀਜ਼ ਬਣਾਈ ਜਾਂਦੀ ਸੀ ਤੁਸੀਂ ਚੰਗੇਰਾ ਬਣਾ ਰਹੇ ਹੋ ਤੁਸੀਂ ਕੋਈ ਚੀਜ਼ ਬਣਾ ਰਹੇ ਹੋ ਉਹ ਖਵਤਨ ਜਿੰਨੂੰ ਜਿੰਨੂੰ ਕੋਈ ਕੰਮ ਆਂਦਾ ਹੋਏਗਾ ਨਾ ਉਹਦਾ ਕੰਮ ਮੈਂ ਬਣਾਵਾਵਾਂਗੀ ਫਿਰ ਮੈਂ ਜਾ ਕੇ ਉਹਦੀ ਐਗਜ਼ੀਬਿਸ਼ਨ ਲਾਵਾਂਗੀ ਕਿ ਇਹ ਔਰਤਾਂ ਨੇ ਕੰਮ ਕੀਤਾ ਤੇ ਇਹਦਾ ਤੁਸੀਂ ਉਹਨ ਕੀ ਮਾਫੀਦਾ ਤੋ ਬੋਗੇ ਬੈਲਡਨ ਹੋ ਗਿਆ ਠੀਕ ਹੋ ਗਿਆ ਮੈਂ ਤੁਹਾਨੂੰ ਦੱਸਦਾ ਚੱਲਾਂ ਜੀ ਇਨਸ਼ਾਅੱਲਾ ਦਸਤਕਾਰੀ ਸੈਂਟਰ ਜਿਹੜਾ ਸਾਡਾ ਮੁਕੰਮਲ ਹੈ ਅਸੀਂ ਕੱਲ ਮਸ਼ੀਨਾਂ ਜੜੀਆਂ ਨੇ ਕੱਲ ਅਸੀਂ ਖਰੀਦ ਲਵਾਂਗੇ ਕੱਲ ਮੇਰਾ ਗੁਜਰਾਹ ਲੇ ਟਾਈਮ ਹੈ ਅਸੀਂ ਇਨਸ਼ਾਅੱਲਾ ਕੱਲ ਕੋਈ ਸਟਾਰਟ ਕਰਦੇ ਹਾਂ ਤੇ ਬਹੁਤ ਐਪਰੀਸ਼ੀਏਟ ਕਰਨੀਆਂ ਖੁਦਾ ਦੀ ਕਸਮ ਹਰ ਬੰਦੇ ਦੇ ਦਿਲ 'ਚ ਅਗਰ ਇਹ ਹੋ ਜੇ ਨਾ ਕਿ ਤੁਸੀਂ ਦਸਕ ਬੰਦਿਆਂ ਦਾ ਜ਼ਿਮਾ ਜ਼ਿਮਾ ਉਠਾ ਲਓ ਜ਼ਿੰਮੇਵਾਰੀ ਉਠਾ ਲਓ ਕਿ ਇਹ ਇਹ ਜਿਹੜੇ ਕਾਰਨ ਅਸੀਂ ਇਹਨਾਂ ਨੂੰ ਕਿਦਾਂ ਨਾ ਇਹਨਾਂ ਦੀ ਕਫਾਲਤ ਕਰਾਂਗੇ ਕਰਨੀ ਤਾਂ ਖੁਦਾ ਨੇ ਨਾ ਅਸੀਂ ਕੀ ਚੀਜ਼ਾਂ ਅਸੀਂ ਅਸੀਂ ਕਿਸੇ ਨੂੰ ਕੁਝ ਦੇ ਨਹੀਂ ਸਕਦੇ ਅਸੀਂ ਤਾਂ ਆਪਣਾ ਜਿਹੜਾ ਸਾਰਾ ਰਾਤ ਨੂੰ ਸੌਂਦੇ ਆ ਨਾ ਤੇ ਅਗਲੇ ਦਿਨ ਪਤਾ ਨਹੀਂ ਉੱਠਣਾ ਕਿ ਨਹੀਂ ਉੱਠਣਾ ਬਸ਼ਰਤੇ ਜ਼ਿੰਦਗੀ ਅੱਲਾ ਜਿਹਨੂੰ ਚਾਵੇ ਜ਼ਿੰਦਗੀ ਦੇਵੇ ਜਿਹਨੂੰ ਚਾਵੇ ਨਾ ਜ਼ਿੰਦਗੀ ਦੇਵੇ ਤੇ ਮੈਂ ਇੱਕ ਗੱਲ ਜਿਹੜੀ ਨਾ ਮੈਂ ਜਿੰਨੇ ਵੀ ਸਾਡੇ ਅਨੁਭਾ ਜਿਹੜੇ ਨਬੀ ਪੈਗੰਬਰ ਗੁਜ਼ਰੇ ਨੇ ਨਾ ਉਹਦੇ ਸਾਡੇ موسی ਅਲੇ ਸਲਾਮ ਨੇ ਜਿਹੜੀ ਦੁਆ ਮੰਗੀ ਸੀ ਨਾ ਪਹਿਲੀ ਉਹ ਮੈਂ ਤੁਹਾਨੂੰ ਸੁਣਾਵਾਂ ਕਿਹੜੀ ਦੁਆ ਸੀ ਮੈਨੂੰ ਬੜੀ ਪਸੰਦ ਆਈ ਉਹ ਦੁਆ ਜੀ ਬismillahir रहमानिर रहीम ਰੱਬੀ ਇਨੀ लीमा अनजलता लैया मिन मिन ख़ायरन फ़कीर रबी इन्नी लीमा अनजल त लैया मिन खायरन फ़कीर यानी ए अल्लाह मैं फ़कीर हूँ ना मेरे पास कोई रहने की जगह है ना कोई सोने की जगह कुछ मैं क्या करूँ तो हम भी वही हैं हम भी वही हैं और हर बंदा जो जिसके पास नहीं ना घर हम उन जैसे ही हैं हमें उनकी कदर उनके साथ थोड़ा सा मिलकर चलें किसी को डिग्रेट ना करें या किसी न <laughs> मैं पंजाबी बोल उर्दू बोलती जाती सॉरी <laughs> ਮੈਂ ਕਿ ਕਿਸੇ ਨੂੰ ਅਸੀਂ ਡੀਗ੍ਰੇਡ ਨਾ ਕਰੀਏ ਜਿਹੜੇ ਲੋਕ ਨੇ ਨਾ ਜਿਹੜੇ ਵਾਕਈ ਜੈਨੂਨ ਨੇ ਜਿਹੜਾ ਆਪਣੀ ਬੇਟੀਆਂ ਦਾ ਸ਼ਾਦੀ ਨਹੀਂ ਕਰ ਸਕਦੇ ਲੜਕੀਆਂ ਵੱਡੀ ਉਮਰ ਦੀਆਂ ਹੋ ਗਈਆਂ ਨੇ ਰਿਸ਼ਤੇ ਆਉਂਦੇ ਨੇ ਤੇ ਕੋਲ ਕੁਛ ਨਹੀਂ ਹੁੰਦਾ ਜਾਂ ਕੋ ਜਿਹੜੇ ਪੱਠੇ ਵਾਲੇ ਲੋਕ ਨੇ ਇਹਨਾਂ ਨੂੰ ਤੁਸੀਂ ਲਓ ਬੱਚੀਆਂ ਨੇ ਉੱਥੇ ਕੰਮ ਕਰਦੀਆਂ ਨੇ ਇਹ ਮੇਰੇ ਕੋਲ ਦੋ ਬੱਚੀਆਂ ਨੇ ਐਵੇਂ ਪੱਠੇ ਤੋਂ ਆਈਆਂ ਨੇ ਉਹਨਾਂ ਨੂੰ ਮੈਂ ਲੈ ਕੇ ਆਈਆਂ ਤੇ ਉਹਨਾਂ ਨੂੰ ਮੈਂ ਅੱਛੀ ਜ਼ਿੰਦਗੀ ਦੇਣਾ ਚਾਹਨੀ ਆ ਦੇਗਾ ਤਾਂ ਖੁਦਾ ਮਗਰ ਮੈਂ ਕਹਿੰਨੀ ਆ ਕਿ ਮੇਰੇ ਕੋਲ ਰਹਿਣ ਤੇ ਇਹਨਾਂ ਦੀ ਅੱਛੀ ਤਰਬੀਅਤ ਹੋ ਜਾਏ ਕਿ ਚੰਗੀ ਜਗ੍ਹਾ ਤੇ ਸ਼ਾਦੀ ਹੋ ਜਾਵੇ ਕਿਉਂਕਿ ਇਹਨਾਂ ਲੋਕਾਂ ਦੇ ਨਾਲ ਅਸੀਂ ਨਹੀਂ ਚੱਲਾਂਗੇ ਨਾ ਤੇ ਜ਼ਿੰਦਗੀ ਇਹਨਾਂ ਦੀ ਵੀ ਅਧੂਰੀ ਤੇ ਸਾਡੀ ਵੀ ਅਧੂਰੀ ਸ਼ਾਇਦ ਸਾਡਾ ਅੰਦਰਲਾ ਜਿਹੜਾ ਇਨਸਾਨ ਹੈ ਨਾ ਉਹ ਜਾਗ ਉੱਠਦਾ ਹੈ ਕਿ ਅਸੀਂ ਕਿਸੇ ਵਾਸਤੇ ਕੁਝ ਕਰੀਏ ਹਰ ਇਨਸਾਨ ਦੇ ਅੰਦਰ ਹੈ ਵੀ ਅਗਰ ਉਹ ਕੋਸ਼ਿਸ਼ ਕਰੇ ਨਾ ਕਿਸੇ ਵਾਸਤੇ ਕੁਝ ਕਰਨ ਵਾਸਤੇ ਤੇ ਅੱਲਾ ਉਹਦੀ ਮਦਦ ਆਪ ਕਰਦਾ ਹੈ ਆਪਣੇ ਨਬੀ ਦੇ ਵਾਸਤੇ ਉਹਦੀ ਮਦਦ ਕਰਦਾ ਹੈ ਅਜ਼ਮ ਮੁਹੰਮਦ ਮੁਸਤਫਾ ਸੱਲੱਲਹੁ ਅਲੈਹਿ ਵਸੱਲਮ ਆਪਣੀ ਪਿਆਰੀ ਬੇਟੀ ਬੀਬੀ ਫਾਤਿਮਾ ਸੱਲੱਲਹੁ ਅਲੈਹਿ ਸੱਲਮ ਦੇ صدਕੇ ਕਰਕੇ ਸਾਨੂੰ ਕਿੰਨੀਆਂ ਚੀਜ਼ਾਂ ਦਾ ਉਹਨੂੰ ਕੋ ਪਤਾ ਚੱਲਦਾ ਹੈ ਕੋਨਾਂ ਦੀ ਜ਼ਿੰਦਗੀ ਕਿੰਨੀ ਸਾਦਗੀ ਨਾਲ guzari ਲੋਕਾਂ ਦੇ ਕੰਮ ਆਏ ਸਭ ਕੁਝ ਕੀਤਾ ਆਪਣੀ ਉਮਮਤ ਦੇ ਕੰਮ ਆਏ ਤੇ ਅਗਰ ਹਰ ਇਨਸਾਨ ਦੇ ਚ ਥੋੜਾ ਜਜ਼ਬਾ ਆ ਜਾਵੇ ਨਾ ਕਿਸੇ ਵਸ ਕੁਝ ਕਰਨ ਦਾ ਤੇ ਸਾਡੀ ਸਾਡੇ ਜਿੰਨਾ ਵਿੱਚ ਪਾਕਿਸਤਾਨ ਹੈ ਨਾ ਇਹ ਭੁੱਖੇ ਨਹੀਂ ਮਰ ਸਕਦਾ ਜਜ਼ਾਕ ਅੱਲਾ ਅੱਛਾ ਮੈਡਮ ਕਿਦਰ ਇਸ ਤਰ੍ਹਾਂ ਦਾ ਨਹੀਂ ਕਿ ਮਤਲਬ ਤੁਹਾਡਾ ਮੇਰਾ ਮਿਲਣਾ ਮੈਂ ਇਸ ਇੱਕ ਇੰਟਰਵਿਊ ਨਹੀਂ ਉਸ ਨੇ ਇਤਫਾਕ ਹੈ ਕਿ ਸ਼ਾਇਦ ਅਸੀਂ ਅਗੋਂ ਮਿਲ ਕੇ ਚੱਲਣਾ ਹੈ ਇੱਕ ਪਲੇਟਫਾਰਮ ਤੇ ਕੰਮ ਕਰਨਾ ਇਨਸ਼ਾ ਅੱਲਾ ਇਨਸ਼ਾ ਅੱਲਾ ਤੁਸੀਂ ਮੈਨੂੰ ਬੁਲਾਓ ਮੈਂ ਤੁਸੀਂ ਮੇਰੇ ਜਿਹੜੇ ਮੈਂ ਅਸੀਂ ਜਿਹੜੇ ਬੱਚੇ ਬੱਚੀਆਂ ਨੂੰ ਜਿਹੜਾ ਅਸੀਂ ਕਰਨੇ ਪਿਆ ਸਾਨੂੰ ਵੀ ਤੁਸੀਂ ਦੇਖੋ ਅਸੀਂ ਤੁਹਾਨੂੰ ਵੀ ਦੇਣ ਅਸੀਂ ਕੰਮ ਕਰਨੇ ਜ਼ਰਾ ਥੋੜਾ ਕਿ ਜਨਾ ਕਿ ਲੋਕੀ ਤਾਂ ਸੇ ਕਹਿੰਦੇ ਨੇ ਆਰਟਿਸਟ ਜਿਹੜਾ ਆਪਣੇ ਵਾਸਤੇ ਕਰਦੇ ਨੇ ਯਾਨੀ ਕਿ ਲੋਕਾਂ ਕੋਲ ਲੈ ਲੈਂਦੇ ਨੇ ਤੇ ਆਪਣੇ ਵਾਸਤੇ ਕਰਦੇ ਮਗਰ ਇੰਜ ਨਹੀਂ ਹੁੰਦਾ ਹਰ ਆਰਟਿਸਟ ਜਿਹੜਾ ਨਾ ਇਹ ਚਾਹੁੰਦਾ ਕਿ ਮੈਂ ਕਿਸੇ ਵਾਸਤੇ ਖੁਸ਼ ਕਰਾਂ ਜਦੋਂ ਉਹਨੂੰ ਉਹਨੂੰ ਬਿਲਟ ਅਪ ਹੁੰਦਾ ਨਾ ਉਹ ਕਿਸੇ ਵਾਸਤੇ ਕੁਝ ਨਾ ਕੁਝ ਕਰਦਾ ਹੈ ਤੇ ਅਲਹਮਦੁਲਿਲਾ ਮੈਨੂੰ 10 ਸਾਲ ਹੋ ਗਏ ਨੇ ਮੈਂ ਥੋੜਾ 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 ਯਾਨੀ ਕਿ ਦੋ ਬੱਚੀਆਂ ਤਿੰਨ ਬੱਚੀਆਂ ਦੀ ਸ਼ਾਦੀ ਕਰਾਈ ਜਾਂ ਇੱਕ ਦੀ ਕਰਾਈ ਆ ਚਾਰ ਦੀ ਕਰਵਾਈ ਆ ਕਿਸੇ ਨੂੰ ਸਕੂਲ ਦੀ ਫੀਸ ਭੇਜ ਦਿੱਤੀ ਯਾਨੀ ਕਿ ਛੋਟੇ ਛੋਟੇ ਕੰਮ ਜਿੰਨਾ ਮੈਂ ਕਰ ਸਕਣੀ ਜਿੰਨੀ ਮੇਰੀ ਤੌਫੀਕ ਹੈ ਅਦਰਵਾਇਜ਼ ਹੁਣ ਮੈਂ ਅਦਰ ਆਈਆਂ ਨਾ ਤਾਂ ਮੈਂ ਉਹ ਪਲਾਟ ਜਿਹੜਾ ਲਿੱਤਾ ਨਾ ਉਹਨੂੰ ਵੀ ਬਣਵਾਣਾ ਹੈ ਉੱਥੇ ਇੱਕ ਸਕੂਲ ਬਣਾਣਾ ਹੈ ਜਿਤੇ ਔਰਤਾਂ ਕੰਮ ਵੀ ਕਰਨਗੀਆਂ ਰਫਾਹ ਮ ਸਕੂਲ ਜਿਹੜਾ ਹੁੰਦਾ ਨਾ ਜਿਹੜਾ ਦਸਤਕਾਰੀ ਦਾ ਸਕੂਲ ਹੁੰਦਾ ਹੈ ਤੇ ਮੈਂ ਕਹਿੰਨੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਅਸੀਂ ਉਹਨਾਂ ਨੂੰ ਕਾਲ ਮਸ਼ੀਨਾਂ ਲੈ ਕੇ ਦੇਣ ਮੇਰਾ ਵੀ ਇਹੀ ਏਮ ਹੈ ਕਿ ਮੈਂ ਇਹ ਲੋਕ ਕੰਮ ਕਰਨ ਜੇ ਕੰਮ ਕਰਨਾ ਜਾਣਦੇ ਨੇ ਇਹ ਕੰਮ ਕਰਨ ਇਹਨਾਂ ਦੇ ਕੰਮ ਨੂੰ ਮਾਰਕੀਟ ਚ ਲਾ ਕੇ ਜਾਇਆ ਜਾਏ ਤੇ ਉਹਨੂੰ ਐਗਜ਼ੀਬਿਸ਼ਨ ਕੀਤੀ ਜਾਵੇ ਕਿ ਉਹ ਐਗਜ਼ੀਬਿਸ਼ਨ ਦਾ ਪੈਸਾ ਉਹਨਾਂ ਦੇਤੇ ਜਾਏ ਉਹਨਾਂ ਦੀਆਂ ਬੱਚੀਆਂ ਦੇ ਉਹਨਾਂ ਤੇ ਜਾਇਆ ਜਾਏ ਉਹਨਾਂ ਨੂੰ ਪਤਾ ਚੱਲੇ ਕਿ ਅਸੀਂ ਮਿਹਨਤ ਨਾਲ ਕਮਾਇਆ ਹੈ ਅਸੀਂ ਵੀਕ ਨਹੀਂ ਮੰਗੀ ਤੇ ਅ ਬੇਸਿਕ ਮੈਂ ਇਹ ਜਿਹੜੀ ਕਮੀ ਸਮਝਣਾ ਨਾ ਮੈਡਮ ਉਹਦੇ ਚ ਇਹ ਵੇ ਕਿ ਦੇਖੋ ਤੁਸੀਂ ਵੀ ਆਰਟਿਸਟ ਹੋ ਮੈਂ ਵੀ ਆਰਟਿਸਟ ਹਾਂ ਚਾਰ ਲੋਕ ਤੁਹਾਨੂੰ ਜਾਣਦੇ ਨੇ ਦੋ ਲੋਕ ਮੈਨੂੰ ਜਾਣਦੇ ਨੇ ਔਰ ਅਸੀਂ ਅਗਰ ਮਿਲ ਕੇ ਇੱਕ ਪਲੇਟਫਾਰਮ ਬਣਾਈਏ ਤੇ ਮੇਰਾ ਖਿਆਲ ਹੈ ਕਿ ਅਸੀਂ ਇੱਕ ਦੁਨੀਆ ਦੇ ਵਿੱਚ ਇੱਕ ਨਵਾਂ ਵਲਵਲਾ ਪੈਦਾ ਕਰ ਸਕਨੇ ਆ ਬਾਬਰ ਸਾਹਿਬ ਇੱਕ ਘਾਰ ਦੇ ਵਿੱਚ ਨਾ ਸਾਰੇ ਭੈਣ ਭਰਾ ਨਾਲ ਮਿਲ ਕੇ ਕੰਮ ਕਰਨ ਨਾ ਤੇ ਉਸ ਘਰ ਦੀ ਰਿਜਕ ਲਾਤਲਾ ਬਹੁਤ ਦਿੰਦਾ ਹੈ ਉਹਦੇ ਵਿੱਚ ਬਰਕਤ ਬਹੁਤ ਬਰਕਤ ਬਹੁਤ ਹੁੰਦੀ ਹੈ ਤੇ ਅਸੀਂ ਜਦੋਂ ਸਾਰੇ ਮਿਲ ਕੇ ਪਾਕਿਸਤਾਨ ਪੂਰਾ ਮਿਲ ਕੇ ਇੱਕ ਮੁਠੀ ਬਣ ਕੇ ਆਪਣੇ ਮੁਲਕ ਵਾਸੇ ਸੋਚਾਂਗੇ ਆਪਣੇ ਭੈਣ ਭਰਾਵਾਂ ਵਾਸੇ ਸੋਚਾਂਗੇ ਸਾਨੂੰ ਦੁਸ਼ਮਣ ਮੁਲਕ ਜਣਾ ਨਾ ਕਦੀ ਲਲਕਾਰੇਗਾ ਨਹੀਂ ਅਸੀਂ ਆਪਣੇ ਮੁਲਕ ਨੂੰ ਸਟਰੋਂਗ ਕਰੀਏ ਆਪਣੀਆਂ ਬੱਚੀਆਂ ਨੂੰ ਆਪਣੇ ਬੱਚਿਆਂ ਨੂੰ ਸਟੱਡੀ ਦਵਾਈਏ ਮੈਂ ਕਹਿੰਨੀ ਇਹਨਾਂ ਨੂੰ ਸਟੱਡੀ ਇੰਨੀ ਹਰ ਬੱਚੇ ਨੂੰ ਗਵਰਨਮੈਂਟ ਨੂੰ ਨਾ ਬਿਲਕੁਲ تعلیم ਆਮ ਕਰ ਦੇਣੀ ਚਾਹੀਦੀ ਹੈ ਔਰ ਬੱਚੀਆਂ ਛੋਟੀਆਂ ਬੱਚੀਆਂ ਨੂੰ ਜਿਹੜੀਆਂ ਨਹੀਂ ਪੜ੍ਹਦੀਆਂ ਉਹਨਾਂ ਵਾਸਤੇ ਸਕੂਲ ਬਣਾਉਣੇ ਚਾਹੀਦੇ ਉਹਨਾਂ ਨੂੰ ਬੱਚੀਆਂ ਨੂੰ ਬਲਕਿ ਜ਼ਿਆਦਾ ਪੜ੍ਹਾਓ ਕਿਉਂਕਿ ਉਹਨਾਂ ਤੋਂ ਮਾਸ਼ਰਾ ਅੱਗੇ ਨਿਕਲਣਾ ਹੈ ਅਸਲ ਮੈਡਮ ਸਾਡਾ ਚੈਨਲ ਚੁਕੇ YouTube ਤੇ ਲੋਕਾਂ ਦੀ ਰਸਾਈ ਹੈ ਸਾਡੇ ਤੱਕ ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਨੇ ਉਹ ਅਕਸਰ ਸਾਨੂੰ ਰਾਬਤਾ ਕਰਦੀਆਂ ਨੇ ਖਾਹਿਸ਼ ਕਰਦੀਆਂ ਨੇ ਜੀ ਅਸੀਂ ਸ਼ੋਭਿਸ ਜਾਣਾ ਚਾਹਨੀ ਆਵਾ ਜੀ ਅਸੀਂ ਇੱਥੇ ਆ ਕੇ ਪੈਸਾ ਕਮਾਣਾ ਚਾਹਨੀ ਆ ਤੁਸੀਂ ਆਪਣੇ ਤਜਰਬੇ ਦੀ ਰੋਸ਼ਨੀ ਚ ਉਹਨਾਂ ਨੂੰ ਕੀ ਤਜਵੀਜ਼ ਕਰੋਗੇ ਕਿ ਭਈ ਉਹਨਾਂ ਨੂੰ ਇੱਥੇ ਆਣਾ ਚਾਹੀਦਾ ਹੈ ਨਹੀਂ ਆਣਾ ਚਾਹੀਦਾ ਕੋਈ ਹੋਰ ਰਸਤਾ ਪਨਾਣਾ ਚਾਹੀਦਾ ਕੋਈ ਹੋਰ ਕਾਮਯਾਬੀ ਦਾ ਰਸਤਾ ਹੈ ਸੋਚੂ ਕੇ ਤੁਸੀਂ ਆਪਣਾ ਇੱਕ ਤਜਰਬੇ ਦੀ ਰੋਸ਼ਨੀ ਚ ਜੀ ਜੀ ਜੇ ਤੁਹਾਨੂੰ ਸਾਡਾ ਚੈਨਲ ਤੇ ਸਾਡੀ ਵੀਡੀਓ ਪਸੰਦ ਆਈਏ ਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਤੁਹਾਨੂੰ ਬਰਵਕਤ ਮਿਲਦੀਆਂ ਰਹੇ